ਹਿੰਜਬੜੀ ਕੁਛਲੋਂ ਨਾਰਦੀ ਮਨਮਾਨਕ ਚੁੱਲਾ ਬੁਆ ਖੋਲ ਕੇ ਵੇਖਿਆ ਤੇ ਕੁੱਕੜ ਖੁੱਲਾ 에ਰੇ ਔੜੀਆਂ ਗਿੜਾ ਘੜੇਦਾਰ ਅਨ ਦੀਆਂ ਦੋ ਦੁਖ ਤਾਈਆਂ ਤੇ ਮਰ ਗਈਆਂ ਚੋਰਾਂ ਦੀਆਂ ਤਾਈਆਂ ਇਹ ਮਾਜਾ ਮੇਰਾ ਯਾਰ ਕੱਲ ਦਾ ਬਿਮਾਰ ਖਾਂਦਾ ਹੁਦਾਰ ਡਿਸਕ ਬਹਾਰ ਮਲੇ ਦਾ ਜਮਾਦਾਰ ਟਰਨ ਫਿਰਨ ਤੋਂ ਆਵਾਜ਼ ਆ ਰਹੀ ਜੀ ਮਾਰਗੇ ਤੇ ਖਫਣੀ ਦੁਕਾਨ ਵੀ ਨਾਲ ਆ ਬੱਚਾ ਗੱਟਾ ਲਾਚੀਆਂ ਵਾਲਾ 에ਰੇ ਆੜੀਆਂ ਗਿੜਾ ਘੇੜੇਦਾਰ ਐ ਦਿਮਾਗ ਨਾ ਪਤਾ ਨ ਕਿਹੜੀ ਫਿਲਮ ਦੀ ਡਲੀ ਖਾ ਕੇ ਨੂੰ ਜਮਿਆ ਹੈਗਾ ਆ ਦੁਨੀਆ ਚੰਨ ਤੇ ਪਹੁੰਚ ਗਈ ਤੇ ਤੂੰ ਹਲੇ ਮੰਜੀ ਤੇ ਲੱਗ ਓਏ ਉੱਠ ਜਾ ਪਾ ਟੱਟ ਜਾ ਲੋਕੀ ਗੱਲਾਂ ਕਰਦੇ ਸਿਕੰਦਰ ਸਿੰਘ ਟਵਾਣਾ ਦਾ ਮੁੰਡਾ ਪੜ ਲੈ ਕੇ ਅਫਸਰ ਬਣ ਜਾਏਗਾ ਪਰ ਤੂੰ ਤਾਂ ਲੰਤਿਆ ਹਾਲੀ ਮੰਜੀਤਾ ਲਗਾ ਅਗਰ ਤੂੰ ਮੇਰੀ ਗੱਲ ਨਹੀਂ ਮੰਨਨੀ ਤੇ ਚੱਲ ਤੂੰ ਗੋਹਰ ਸਾਹਿਬ ਦੀ ਗੱਲ ਮੰਨ ਅਹਿਮਦ ਗੋਹਰ ਸਾਹਿਬ ਇੰਟਰਵਿਊ ਕਰਨ ਵਾਸਤੇ ਵੇਖ ਆਏ ਨੇ ਤੇ ਤੂੰ ਹਾਲੀ ਮੰਜੀਤਾ ਸੁਤ ਅਸਲਾਮੁਅਲੈਕੁਮ ਨਾਜ਼ਰ ਮੈਂ ਹਾਂ ਤੁਹਾਡਾ ਮੇਜ਼ਬਾਨ ਅਹਿਮਦ ਗੋਹਰ ਅਤੇ ਆਪ ਦੇਖ ਰਹੇ ਹੋ ਉਸਮਾਨ ਬੁਲੇਟ ਅਫੀਸ਼ੀਅਲ ਨਾਜ਼ਰ ਆਪਨੇ ਮਿਮਿਕਰੀ ਆਰਟਿਸਟ ਬਹੁਤ ਸਾਰੇ ਸੁਨੇ ਹੋਗੇ ਲੇਕਿਨ ਅੱਜ ਜੋ ਟੈਲੈਂਟ ਔਰ ਜੋ ਅੱਜ ਮਿਮਿਕਰੀ ਆਰਟਿਸਟ ਹਮ ਆਪਕੋ ਮਿਲਵਾਏਗੇ ਯਕੀਨਨ ਇੰਨ ਜੈਸੀ ਮਿਮਿਕਰੀ ਔਰ ਇੰਨ ਜੈਸਾ ਆਰਟਿਸਟ ਆਪਨੇ ਕਬੀ ਨਹੀਂ ਦੇਖਾ ਹੋ ये वो शख्स है जो एक सौ लोगों की मिमिक्री कर सकता है उसमें सियासतदान भी हैं उसमें कॉमेडियन भी हैं उसमें अदाकार भी हैं फ़िल्म टीवी, रेडियो कोई भी अदाकार हो इंडिया हो पाकिस्तान हो सब की ये मिमिक्री कर सकते हैं तो आइए इनसे बात करते हैं इनसे मिमिक्री भी सुनते हैं सुनतेम जी सलाम जी गो अहमद गो, गोहर साहब बड़ी मेहरबानी सर बहुत शुक्रिया थैंक यू सो मच वेलकम जी वेलकम अच्छा सर मुझे ये बताएँ कि ये मिमिक्री का जो आर्ट है मतलब कैसे आपने सीखा कहाँ से सीखा कैसे आपके माइंड में आया ਸਰ ਜੇ ਬਚਪਨ ਦੇ ਵਿੱਚ ਨਾ ਮੈਂ ਇੱਕ ਕੁਕੜੀ ਰੱਖੀ ਸੀ ਸਾਡੇ ਵਡਿਆਣੇ ਨਾ ਨਾਨਕਿਆਂ ਨੇ ਕੁਕੜੀ ਰੱਖੀ ਸੀ ਆਂਡੇ ਮੁੰਡੇ ਦਿੰਦੀ ਸੀ ਅਸਲ ਵਿੱਚ ਜਦੋਂ ਕੁਕੜੀ ਨੇ ਆਂਡਾ ਦਿੱਤਾ ਤੇ ਆਂਡਾ ਦੇਣ ਤੋਂ ਬਾਅਦ ਉਹਨੇ ਛਾਲ ਮਾਰੀ ਮੈਂ ਡਰਾਇਆ ਸ਼ਿਸ਼ ਕਰਕੇ ਨਾ ਤੂੰ ਡਰਾਇਆ ਤੇ ਉਹਨੇ ਛਾਲ ਮਾਰੀ ਤਾਂ ਬਨੇਰੇ ਤੇ ਚੜ ਗੇ ਜਦੋਂ ਬਨੇਰੇ ਤੇ ਚੜੀ ਤੇ ਉਹ ਨਾ ਮੇਰੇ ਸ਼ੀ ਕਰਨ ਦੀ ਵਾਹ ਤੇ ਨਾ ਉਹਨੇ ਨਾ ਦੱਸਿਆ ਘਰ ਵਾਲਿਆਂ ਨੂੰ ਯਾਨੀ ਕਿ ਮੇਰੀ ਨਾਨੀ ਨਾਨੇ ਨੂੰ ਦੱਸਿਆ ਕਿ ਮੈਂ ਆਂਡਾ ਦਿੱਤਾ ਜੇ ਤੇ ਇਹ ਬੰਦਾ ਜਿਹੜਾ ਮੈਨੂੰ ਡਰਾਣ ਰਿਹਾ ਜੇ ਕਿਤੇ ਆਂਡਾ ਚੋਰ ਤੇ ਨਹੀਂ ਲੱਗਦਾ ਪਿਆ ਉਹ ਆਂਡਾ ਚੋਰੀ ਕਰਨ ਵਾਸਤੇ ਆਇਆ ਜੇ ਤੇ ਉਹ ਹ ਉਨੇ ਦੱਸਿਆ ਉਹ ਮੈਨੂੰ ਬੜਾ ਮਜ਼ਾ ਆਇਆ ਆਵਾਜ਼ ਮੈਂ ਜਦੋਂ ਸ਼ੀ ਕਰਨਾ ਉਹਨੇ ਇਹ ਆਵਾਜ਼ ਕਰਨੀ ਜਦੋਂ ਸ਼ੀ ਕਰਨੀ ਉਹਨੇ ਇਹ ਆਵਾਜ਼ ਕਰਨੀ ਮੈਨੂੰ ਸ਼ੌਕ ਪੈਦਾ ਹੋਇਆ ਮੈਂ ਉਹ ਆਵਾਜ਼ ਦੀ ਨਾਲ ਥੋੜੀ ਨਾ ਰੈਸਲ ਕਰਨੀ ਸ਼ੁਰੂ ਕਰ ਦਿੱਤੀ ਰੈਸਲ ਕਰਨ ਤੋਂ ਬਾਅਦ ਆਪਣੇ ਦੋਸਤਾਂ ਨੂੰ ਬਚਪਨ ਦੇ ਵਿੱਚ ਦੱਸਿਆ ਕਿ ਯਾਰ ਮੈਂ ਆਵਾਜ਼ ਸੁਣਾ ਰਿਹਾ ਤੁਹਾਨੂੰ ਕਾਂ ਦੀ ਆਵਾਜ਼ ਹੈ ਉਹ ਕਹਿਣ ਯਾਰ ਇਹ ਮੁਰਗੀ ਦੀ ਆਵਾਜ਼ ਹੈ ਉਹ ਜਦੋਂ ਉਹਨਾਂ ਨੇ ਕਿਹਾ ਨਾ ਮੁਰਗੀ ਦੀ ਆਵਾਜ਼ ਤੇ ਮੈਂ ਸੋਚਿਆ ਕਿ ਮੈਂ ਪਾਸ ਹੋ ਗਿਆ ਮੈਂ ਕਿਉਂਕਿ ਲੋਕਾਂ ਨੇ ਮੈਨੂੰ ਪਾਸ ਕਰ ਦਿੱਤਾ ਇਸ ਵਾਸਤੇ ਮੈਂ ਫਿਰ ਉਹ ਮਿਕਰੀ ਦਾ ਜਿਹੜਾ ਅੰਦਾਜ਼ ਸੀ ਨਾ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਔਰ ਫਿਰ ਕਈ ਜ ਜਦੋਂ ਮੈਂ ਵਿਕਰੀ ਤਿਆਰ ਕਰ ਲੈਂਦਾ ਸੀ ਕੋਈ ਮਹੀਨੇ ਚ ਕੋਈ 2 ਮਹੀਨੇ ਜਾਂ ਕੋਈ 6 ਮਹੀਨੇ ਚੋਂ ਵਿਕਰੀ ਤਿਆਰ ਹੁੰਦੀ ਸੀ ਫਿਰ ਮੈਂ ਦੋਸਤਾਂ ਨੂੰ ਸੁਣਾਉਂਦਾ ਸੀ ਜਾਂ ਸਕੂਲ ਦੇ ਵਿੱਚ ਪ੍ਰੋਗਰਾਮ ਇੱਕ ਹੁੰਦਾ ਸੀ ਬਜ਼ਮੇ ਅਦਬ ਉਹਦੇ ਵਿੱਚ ਮੈਂ ਸੁਣਾਉਣਾ ਹੱਸ ਤੇ ਲੋਕ ਐਪਰੀਸ਼ੀਏਟ ਕਰਦੇ ਸਨ ਤੇ ਫਿਰ ਮੈਨੂੰ ਇਨਾਮ ਕਨਾਮ ਵੀ ਮਿਲਦੇ ਸਨ ਤੇ ਮੈਂ ਬੜਾ ਖੁਸ਼ ਹੁੰਨਾ ਸੀ ਤੇ ਫਿਰ ਮੈਨੂੰ ਸ਼ੌਕ ਪੈਦਾ ਹੁੰਦਾ ਗਿਆ ਤੇ ਹੱਸ ਹੱਸਤਾ ਮੈਂ ਤਕਰੀਬਨ 100 ਦੇ ਲੱਗ ਗਿਆ ਇਸ ਟਾਈਮ ਪਹੁੰਚ ਚੁੱਕਿਆ ਅੱਛਾ ਸਰ ਮੈਨੂੰ ਇਹ ਬਤਾਏ ਕਿ ਕਿਸ ਕਿਸ ਆਰਟਿਸਟ ਕੀ ਆਪ ਵੀ ਮਿਮਿਕਰੀ ਕਰ ਸਕਤੇ ਸਰ ਮੈਂ ਪਾਕਿਸਤਾਨੀ ਫਿਲਮਾਂ ਦੇ ਤਕਰੀਬਨ ਸਾਰੇ ਐਕਟਰਾਂ ਦੀ ਨ ਉਸ ਤੋਂ ਬਾਅਦ ਦਲੀਪ ਕੁਮਾਰ ਤੋਂ ਲੈ ਕੇ ਸ਼ਾਹਰੂਖਾਂ ਤੱਕ ਦੇ ਜਿਹਨੇ ਆਰਟਿਸਟ ਨੇ ਉਹਨਾਂ ਦੀ ਨਕਲ ਕਰ ਲੈਣਾ ਵਾ ਲੇਕਿਨ ਉਹ ਕਿਸੇ ਟਾਈਮ ਫਿਰ ਮੈਨੂੰ ਕੋਈ ਖਾਣ ਪੀਣ ਵਾਲੀ ਸ਼ੈ ਐਵੇਂ ਦੀ ਖਾਦੀ ਹੁੰਦੀ ਏ ਉੱਥੇ ਮੇਰਾ ਉਸ ਟਾਈਮ ਜਿਹੜਾ ਮਾਈਂਡ ਨਹੀਂ ਬੰਦਦਾ ਆਵਾਜ਼ ਨਹੀਂ ਸੁਣਾਈ ਜਾਂਦੀ ਜਾਂ ਕੋਈ ਐਸੀ ਪਲੇਸ ਐਸੀ ਹੁੰਦੀ ਏ ਜਗ੍ਹਾ ਐਸੀ ਹੁੰਦੀ ਏ ਲੋਕੇਸ਼ਨ ਐਸੀ ਹੁੰਦੀ ਏ ਉੱਥੇ ਫਿਰ ਮਹਿਸੂਸ ਮੈਂ ਕੋਈ ਤਿੰਨ ਚਾਰ ਜਿਹੜੀਆਂ ਮਿਕਰੀਆਂ ਹੁੰਦੀਆਂ ਨੇ ਉਹ ਕਰਦਾ ਵਾਂ ਵੈਸੇ ਤੁਸੀਂ ਮੇਰੇ ਕੋਈ ਵੀ ਸੁਣ ਸਕਦੇ ਹੋ ਤੇ ਅਗਰ ਕੋ ਤੁਹਾਡਾ ਸ਼ੌਕ ਹੈ ਦੱਸੋ ਮੈਨੂੰ ਕਿਸੇ ਐਕਟਰ ਦੀ ਕੋਈ ਸੁਣਾ ਚਾਹੁੰਦੇ ਹੋ ਪਾਕਿਸਤਾਨੀ ਜਾਂ ਕੋਈ ਇੰਡੀਅਨ ਦੀ ਚਲੋ ਤੁਸੀਂ ਪੰਜਾਬੀ ਗੱਲ ਕਰ ਰਹੇ ਤੁਸੀਂ ਪੰਜਾਬੀ ਦੀ ਗੱਲ ਕਰਨੇ ਆ ਜੀ ਜੀ ਤੁਸੀਂ ਸ਼ਾਹਰੂਖ ਖਾਨ ਦਾ ਜ਼ਿਕਰ ਕੀਤਾ ਹੈ ਤੇ ਸਭ ਤੋਂ ਪਹਿਲੇ ਸ਼ਾਹਰੂਖ ਖਾਨ ਸਾਹਿਬ ਦੀ ਸੁਣਨੇ ਜੀ ਜਿਵੇਂ ਮੈਂ ਛੋਟਾ ਸੜਕਾ ਦਾ ਰਾਮ ਮੈਨੂੰ ਮੁਝ ਕੋ ਜੋਗੀ ਨੇ ਰੋਕਾ ਥਾ ਕਿਹਾ تھا ਤੇਰੇ ਹੱਥ ਕੀ ਰੇਖਾ ਦੇਖਣਾ ਚਾਹਤ ਹੂੰ ਤੇਰੇ ਮਾਤੇ ਪੂਜਾ ਲਿਖਾ ਉਹ ਦੇਖਣਾ ਚਾਹਤਾ ਹੂੰ ਪਹਿਲੇ ਤਾਂ ਕੁਝ ਧੇਰ ਉਹ ਮੁਝ ਕੋ ਤੱਕ ਤਰਹਾ ਫਿਰ ਇਹ ਕਹਾਬਰੀ ਹੋਰ ਕਹਿਣ ਲੱਗਾ ए ये रो रो के तू तो हाथ पढ़ेगा मगर चंदा तेरे हाथ नहीं आएगा और दोबारे दोबारे फिरेगा नदी के किनारे फिरेगा प्यासा प्यासा वाह क्या वाँ, क्या बात है ये, ये जैन शाहरुख पाकिस्तान के एक बहुत बड़े जो ना वो कॉमेडियन गुजरे मुनवर जी उनकी कुछ सुनाए जी मनोवरजीप साहब जी एक फिल्म कुकड़ी चोरी कर लेते थे ਤੇ ਮੌਕੇ ਤੇ ਫੜੇ ਜਾਂਦੇ ਨਹੀਂ ਤਾਂ ਕਾਨਸਟੇਬਲ ਸਭ ਫੜਕ ਨੇ ਤਾਂ ਵੱਡੇ ਥਾਣੇਦਾਰ ਸਭ ਕੋ ਲੈ ਜਾਂਦੇ ਨੇ ਇਹ ਥਾਣੇਦਾਰ ਸਾਹਿਬ ਮੌਕੇ ਤੇ ਕੋਈ ਸਵਾਲ ਕਰਦੇ ਨੇ ਤੇ ਮਨਵਰ ਧਰੀਪ ਸਾਹਿਬ ਨੇ ਹੁਣ ਕੁਕੜੀਆਂ ਚੁੱਕੀਆਂ ਨੇ ਹੁਣ ਫੜੇ ਗਏ ਨੇ ਹੁਣ ਕਿਸ ਤਰੀਕੇ ਦੇ ਨਾਲ ਜਾਨ ਛੁਡਾਉਂਦੇ ਨੇ ਮੈਂ ਜਨਾਬ ਦੀ ਖਿਦਮਤ ਵਿੱਚ ਪੇਸ਼ ਕਰਨਾ ਕਿ ਮਨਵਰ ਧਰੀਪ ਸਾਹਿਬ ਨੂੰ ਥਾਣੇਦਾਰ ਸਾਹਿਬ ਨਾਲ ਕੀ ਮੁਕਾਲਮਾ ਬੋਲਿਆ ਥਾਣੇਦਾਰ ਸਾਹਿਬ ਕੀ ਕਹਿੰਦੇ ਨੇ ਔਰ ਮਨਵਰ ਧਰੀਪ ਸਾਹਿਬ ਕੀ ਕਹਿੰਦੇ ਨੇ ਦੋਵਾਂ ਦੀ ਕੰਟੀਨਿਊਟੀ ਜਨਾਬ ਦੀ ਖਿਦਮਤ ਵਿੱਚ ਪੇਸ਼ ਕਰ ਰਿਹਾ ਓਏ ਸ਼ੀਤਿਆ ਓਏ ਇਹ ਕੁਕੜੀਆਂ ਕਿਵੇਂ ਚੁੱਕੀਆਂ ਹੇ ਜਨਾਬੇ ਵਾਲੇ ਕਿਸ ਪਾਗਲ ਦੇ ਪੁੱਤਰ ਨੇ ਕੁਕੜੀਆਂ ਚੁੱਤੀਆਂ ਮੈਂ ਤੇ ਕ ਜਿੰਦਗੀ ਚੋਰੀ ਨਹੀਂ ਕੀਤੀ ਆਲੀ ਜਾ ਓਏ ਬਕਵਾਸ ਬੰਦ ਕਰ ਛੇਤੀ ਦੱਸ ਨਹੀਂ ਤੇ ਬੰਦਰ ਕਰਨ ਲੱਗ ਗਈ ਹੇ ਜਨਾਬੇ ਵਾਲੇ ਨਾਮ ਹੈ ਚੋਰ ਆ ਤੇ ਨਾਮ ਹੈ ਚੋਰ ਦਾ ਪਾਈ ਵਾਲਾ ਲੋਕਾਂ ਪਾਈ ਝੂਠੀ ਦਿਖਾਈ ਤੇ ਤੁਸੀਂ ਕਿਉਂ ਠੰਡ ਚ ਲਾ ਦਿੱਤੀ ਮੇਰੀ ਰਜ਼ਾਈ ਓਏ ਬਕਵਾਸ ਬੰਦ ਕਰ ਜਾ ਖਿੰਗਰ ਅੰਦਰੋਂ ਛਿੱਤਰ ਲੈ ਗਿਆ ਐਵੇਂ ਨਹੀਂ ਮੰਨੇਗਾ ਓ ਤਾ ਖਿੰਗਰ ਆ ਤੈਨੂੰ ਛਿੱਤਰ ਲਿਆਣ ਦੀ ਕੀ ਲੋੜ ਤੂੰ ਤੇ ਮੇਰੇ ਨਾਲ ਖਹਿ ਕੇ ਲੰਘਣਾ ਤੇ ਮੈਨੂੰ ਛਰੀਟਾਂ ਪੈ ਜਾਣੀਆਂ ਨੇ ਚੱਲਿਆ ਓਏ ਬਕਵਾਸ ਬੰਦ ਕਰ ਖੇਤੀ ਦੱਸ ਇਹ ਕੁਕੜੀਆਂ ਕਿਵੇਂ ਚੁੱਕੀਆਂ ਹੈ ਜਨਾਬ 42 ਜਿਸ ਤਰ੍ਹਾਂ ਵਾਕਿਆ ਗੁਦਰ ਮੇ ਪੇਸ਼ ਕਰਨਾ ਦਸਲ ਗਾਲ ਇਸਰ ਮੈਂ ਕਾਸ ਤਾ ਚਾਣਕ ਵੇਖਿਆ ਕੜੀ ਤੇ 12 ਵਜਣ ਦੇ ਮੈਂ ਕਿਹਾ ਚਲੋ ਹਾਰ ਰੋਡ ਤੇ ਜਾਂਨੇ ਕੋਈ ਫਿਲਮ ਵੇਖ ਕੇ ਆਣੇ ਇਹਨਾਂ ਸੋਚ ਕੇ ਮੈਂ ਗਲੀ ਦੀ ਮੋੜ ਮੋੜਿਆਂ ਤੇ ਪਿੱਛੋਂ ਆਵਾਜ਼ ਆਈ ਮੈਂ ਜੀ ਪਿੱਛੇ ਮੂੰਹ ਕੱਢ ਕੇ ਵੇਖਿਆ ਤੇ ਦੋ ਮਜਲੂਮ ਕੁਕੜੀਆਂ ਖੁੱਡੇ ਚ ਮੁਬਾਰਕ ਕੱਢ ਕੇ ਵੇਖਣ ਡਈਆਂ ਉਹਨੇ ਚ ਕਿ ਵਡੇਰੀ ਜੀ ਉਮਰ ਦੀ ਕੁਕੜੀਆਂ ਦਾ ਵੱਧ ਕੇ ਪਹੁੰਚੇ ਮਾਰ ਕੇ ਕੁੰਡ ਕੱਢ ਕੇ ਮੈਨੂੰ ਕਹਿੰਦੀ ਸ਼ੀਦਿਆ ਸਾਨੂੰ ਤੇ 2 ਮਹੀਨੇ ਉਹਨੇ ਖੁੱਡੇ ਚ ਬੰਨਦਾ ਸਾਡਾ ਸੀਲ ਕੁੱਕੜ ਫਾਉਤ ਹੋ ਗਿਆ ਮਲੇ ਤਾਂ ਸਾਰੇ ਕੁੱਕੜ ਸਾਡੇ ਲੈ ਬੁਰੀ ਅੱਖ ਕਰਕੇ ਵੇਂਦੇ ਨਹੀਂ ਸਾਨੂੰ ਆਪਣੇ ਨਾਲ ਲੈ ਚਲ ਮੈਂ ਕਿਹਾ ਬੀਬੀ ਇਹ ਪੈਣੋ ਜ਼ਮਾਨਾ ਖਰਾਬ ਹੈ ਲੋਕੀ ਸ਼ੱਕ ਕਰਨਗੇ ਕੰਮ ਮੈਂ ਨਹੀਂ ਜੇ ਕਰ ਸਕਦਾ ਲਓ ਜਨਾਬੇ ਵਾਲੀ ਕੁਕੜੀ ਦਾ ਕਹਿਣ ਤੇ ਮਨ ਨੂੰ ਕੱਛੇ ਮਾਰਿਆ ਤੁਸੀਂ ਮੈਨੂੰ ਫੜ ਲੈ ਦੱਸੋ ਇਹਦੇ ਚ ਮੇਰਾ ਕੀ ਕਸੂਰ ਹੈ ਮੇਰੀ ਪੈਟਰ ਨਾਲ ਆਈ ਕਿਆ ਬਾਤ ਹੈ ਜੀ ਕਿਆ ਬਾਤ ਅੱਛਾ ਸਰ ਮਨਵਰਜੀਤ ਸਾਹਿਬ ਮੇਰੇ ਫੇਵਰਿਟ ਕਮੇਡੀਅਨ ਰਹੇ ਨੇ ਕੋਈ ਹੋਰ ਉਹਨਾਂ ਦੀ ਕੋਈ ਸੁਣਾਓ ਜੀ ਮਨਵਰਜੀਤ ਸਾਹਿਬ ਨੇ ਇੱਕ ਫਿਲਮ ਵਿੱਚ ਨਾ ਰੇੜੀ ਲਾਈ ਤਾਂ ਮੂੰਗਫਲੀ ਰਿਹੋੜੀਆਂ ਚਨਗੋਦੇ ਦਾਲ ਉੱਤੇ ਸੌਦਾ ਸੁਦਾ ਰੱਖਿਆ ਤੇ ਵੇਚਣ ਦੇ ਨੇ ਤੇ ਗਾਹਕ ਕੋਈ ਨਹੀਂ ਆ ਰਿਹਾ ਤੇ ਇੱਕ ਨਾਲ ਹੀ ਰੇੜੀ ਹੈ ਤੇ ਉਹਦੇ ਉੱਤੇ ਨਾ ਮੂੰਗਫਲੀ ਚਨਗੋਦੇ ਦਾਲ ਉਹ ਬੰਦੇ ਨੇ ਰੱਖਿਆ ਤੇ ਉਹਦਾ ਨਾਮ ਮਾਝਾ ਤੇ ਮਨਵਰਜੀਤ ਨੂੰ ਕੋਈ ਗਾਹਕ ਨਹੀਂ ਤੇ ਮਾਝਾ ਨੂੰ ਬੜੇ ਗਾਹਕ ਆ ਰਹੇ ਨੇ ਤੇ ਮਨਵਰਜੀਤ ਪਰੇਸ਼ਾਨ ਹੈ ਕਿ ਉਦੋਂ ਲੇਡੀਜ਼ ਵੀ ਆ ਰਹੀਆਂ ਨੇ ਬੱਚੇ ਵੀ ਆ ਰਹੇ ਨੇ ਵਾਵਾ ਰਸ਼ ਪਿਆ ਤੇ ਮਨਵਰਦੀ ਦਾ ਸੋਚਿਆ ਕਿ ਸਾਰਾ ਰਸ਼ ਮੈਂ ਆਪਣੀ ਰੇੜੀ ਤੇ ਇਕੱਠਾ ਕਰਨਾ ਚਾਹਨਾ ਵਾ ਉਹਨਾਂ ਨੇ ਪਤਾ ਨਹੀਂ ਕੀ ਗਬੜਕ ਛੱਲੋ ਉਰਾ ਪਰ ਕੀਤਾ ਮੈਂ ਜਨਾਬ ਦੀ ਖਿਮੇ ਪੇਸ਼ ਕਰਨਾ ਕਿ ਉਹਨਾਂ ਕਿਸ ਤਰੀਕੇ ਦੇ ਨਾਲ ਆਵਾਜ਼ ਲਈਏ ਔਰ ਕਿਸ ਤਰੀਕੇ ਦੇ ਨਾਲ ਉਹ ਸਾਰੇ ਗੇਮ ਜਿਹੜੀ ਉਹ ਬੱਚੇ ਪੁੱਛ ਸਾਰੇ ਕੋਲ ਬੁਲਾਏ ਨੇ ਮੈਂ ਜਨਾਬ ਦੀ ਖਿਮੇ ਵਿੱਚ ਪੇਸ਼ ਕਰਦੇ ਹਾਂ ਹਿੰ ਜੱਬੜਕ ਛੱਲੋ ਨਾਰ ਦੀ ਮਨਮਾਨਕ ਚੁੱਲਾ ਬੁਆ ਖੋਲ ਕੇ ਵੇਖਿਆ ਤੇ ਕੁੱਕੜ ਖੁੱਲਾ 에ਰੇ ਔੜੀਆਂ ਗੜਾ ਘੜੇ ਧਾਰੇ ਆਨ ਨੇ ਦੀਆਂ ਦੋ ਦੁਖਤਾਈਆਂ ਤੇ ਮਰ ਗਈਆਂ ਚੋਰਾਂ ਦੀਆਂ ਤਾਈਆਂ ਇਹ ਮਾਜਾ ਮੇਰਾ ਯਾਰ ਏ ਕੱਲ ਦਾ ਬਿਮਾਰ ਖਾਂਦਾ ਹੁਦਾਰ ਡਿਸਕ ਬਹਾਰ ਮੱਲੇ ਦਾ ਜ਼ਮੇਦਾਰ ਟਰਨ ਫਿਰਨ ਤੋਂ ਆਵਾਜ਼ਾਰ ਜੀ ਮਰ ਗਏ ਤੇ ਖਫਣੀ ਦੁਕਾਨ ਵੀ ਨਾ ਲਿਆ ਬੱਚਾ ਗੱਟਾ ਲਾਚੀਆਂ ਵਾਲਾ 에ਰੇ ਆੜੀਆਂ ਗਿੜਾ ਘੇੜੇਦਾਰ ਆਨ ਨੇ ਦੀਆਂ ਦੋ ਦੁਖਤਾਈਆਂ ਤੇ ਮਰ ਗਈਆਂ ਚੋਰਾਂ ਦੀਆਂ ਤਾਈਆਂ ਉੱਥੇ ਨੌਰ ਦੇ ਖਲੋਤੀ ਸੌਦਾ ਲੈ ਰੀ ਤੇ ਉਹਨੂੰ ਸ਼ੇਰ ਸੁਣਾ ਰਿਹਾ ਉਠਬਾਂਦ ਕਮਰ ਕੇ ਡਰਦਾ ਹੈ ਫਿਰ ਦੇਖ خدا ਕੀ ਕਰਤਾ ਹੈ ਜੂ ਬੈਠਾ ਭੁੱਖਾ ਮਰਤਾ ਹੈ ਲੜਕੀ ਸਿਆਂ ਮੈਂ ਡਰਦਾ ਹੈ ਤੇ ਬਹੁਤ ਤੇ ਬਕਵਾਸ ਨਾ ਕਰ ਮੈਨੂੰ ਸੌਦਾ ਦੇ ਨਹੀਂ ਤੇ ਆਵਾਜ਼ ਮਾਰ ਕੇ ਸਾਰਾ ਪਿੰਡ ਇਕੱਠਾ ਕਰ ਲਾਂਗੀ ਮੁੱਟਿਆਰੇ ਇਹ ਕੋਕੂੜਾ ਨਹੀਂ ਜਿਹੜਾ ਤੂੰ ਬੋਕਰ ਨਾ ਇਕੱਠਾ ਕਰ ਲੈ ਲਾ ਆਪਣੇ ਪਿੰਡ ਦੇ ਚੌਧਰੀ ਮੱਚੇ ਪੇਟ ਮਾਰ ਕੇ ਹੁਣੇ ਉਹਦੇ ਪੈਰੀ ਪੈਣਾ ਕੀ ਬਾਤ ਹੈ ਜੀ ਕੀ ਬਾਤ ਹੈ ਜ਼ਬਰਦਸਤ ਅੱਛਾ ਹੀ ਪਾਕਿਸਤਾਨੀ ਪੰਜਾਬੀ ਜੋ ਡਾਇਲੌਗ ਸੁਣਨੇ ਨੇ ਮੁਖਲੀ ਫਿਲਮ ਆਰਟਿਸਟ ਹੈ ਕੁਛ ਪੰਜਾਬੀ ਇੰਡੀਅਨ ਪੰਜਾਬੀ ਦਾ ਕਿਸੇ ਦਾ ਬਿਲਕੁਲ ਜੀ ਆਪਣਾ ਪਿੱਛੇ ਇੱਕ ਫਿਲਮ ਆਈ ਬੀ ਐਨ ਸ਼ਰਮਾ ਸਾਹਿਬ ਦੀ ਔਰ ਬੀ ਐਨ ਸ਼ਰਮਾ ਇੰਡੀਅਨ ਪੰਜਾਬੀ ਫਿਲਮਾਂ ਦਾ ਬੇਤਾਜ ਬਾਦਸ਼ਾਹ ਹਰ ਫਿਲਮ ਦੇ ਵਿੱਚ ਆ ਰਿਹਾ ਔਰ ਮੇਰਾ ਫੇਵਰਟ ਹੈ ਔਰ ਮੈਂ ਉਹਨਾਂ ਦੀ ਮਿਕਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਔਰ ਬਲਕੇ ਮੈਂ ਲੋਕਾਂ ਕੋਲ ਦੀ ਜੀ ਰਾਈਲੇ ਵੀ ਲਈਏ ਕਿ ਡਾਇਲੋਗ ਤੁਹਾਡੇ ਪਸੰਦ ਕੀਤੇ ਨੇ ਤੇ ਔਰ ਮੈਂ ਤੁਹਾਨੂੰ ਸੁਣਾਵਾਂਗਾ ਜੀ ਬੀ ਐਨ ਸ਼ਰਮਾ ਸਾਹਿਬ ਦੀ ਇੱਕ ਫਿਲਮ ਆਈ ਪਿੱਛੇ ਜੀ ਕੈਰੀ ਓਨ ਜਟਾ ਉਹਨਾਂ ਦੇ ਵਿੱਚ ਉਹਨਾਂ ਨੇ ਇੰਸਪੈਕਟਰ ਦਾ ਰੋਲ ਕੀਤਾ ਆਪਣੇ ਬੇਟੇ ਨੂੰ ਉਠਾਉਣ ਤੁਹਾਨੂੰ ਬੇਟੇ ਦੇ ਨਾਲ ਜਿਹੜੇ ਉਹਨਾਂ ਨੇ ਲਾਈਨ ਬੋਲੀ ਨਾ ਮੈਂ ਉਹ ਇੱਕ ਦੋ ਲਾਈਨਾਂ ਜਿਹੜੀਆਂ ਜਨਾਬ ਦੀ ਹਮੇਸ਼ਾ ਪੇਸ਼ ਕਰਾਂਗਾ ਜੀ ਅਦਮਾਨ ਪਤਨ ਕੜ ਫਿਮ ਦੀ ਡਲੀ ਖਾ ਕੇ ਨੂੰ ਜਮਿਆ ਹੈਗਾ ਆ ਦੁਨੀਆ ਚੰਨ ਤੇ ਪਹੁੰਚ ਗਈ ਤੇ ਤੂੰ ਹਲੇ ਮੰਜੀ ਤੇ ਲੱਗਾ ਓਏ ਉੱਠ ਜਾ ਪਾ ਟੱਟ ਜਾ ਲੋਕੀ ਗੱਲਾਂ ਕਰਦੇ ਸਿਕੰਦਰ ਸਿੰਘ ਤਵਾਣਾ ਦਾ ਮੁੰਡਾ ਪੜ ਲੈ ਕੇ ਅਫਸਰ ਬਣ ਜਾਏਗਾ ਪਰ ਤੂੰ ਤਾਂ ਲੰਤਿਆ ਹਾਲੀ ਮੰਜੀਤਾ ਲਗਾ ਅਗਰ ਤੂੰ ਮੇਰੀ ਗੱਲ ਨਹੀਂ ਮੰਨਨੀ ਤੇ ਚੱਲ ਤੂੰ ਗੋਹਰ ਸਾਹਿਬ ਦੀ ਗੱਲ ਮੰਨ ਅਹਿਮਦ ਗੋਹਰ ਸਾਹਿਬ ਇੰਟਰਵਿਊ ਕਰਨ ਵਾਸਤੇ ਵੇਖ ਆਏ ਨੇ ਤੇ ਤੂੰ ਹਾਲੀ ਮੰਜੀਤਾ ਸੁਤ ਵਾਹ ਜੀ ਬਸ ਜ਼ਬਰਦਸਤ ਜ਼ਬਰਦਸਤ ਅੱਛਾ ਆਪ ਮੇਰੇ ਕਿਸੇ ਪਾਕਿਸਤਾਨੀ ਐਕਟਰ ਕੀ ਸੁਣਾਈ ਜੀ ਮੁਹੰਮਦ ਸੁਲਤਾਨੀ ਖਾਨ ਸਾਹਿਬ ਜੀ ਜੀ ਬਿਲਕੁਲ ਸੁਲਤਾਨੀ ਔਰ ਮੁਸਫਾ ਕਰੇਸ਼ੀ ਮੌਲਾ ਜੱਟ ਬੜੀ ਮਸ਼ਹੂਰ ਹੋਈ ਜੀ ਮੌਲਾ ਜੱਟ ਦਾ ਮੈਂ ਇੱਕ ਆਪਣੇ ਕੋਲੋਂ ਟਰੈਕ ਬਣਾਇਆ ਉਸ ਟਰੈਕ ਦੇ ਵਿੱਚ ਮੁਸਫਾ ਕਰੇਸ਼ੀ ਔਰ ਸੁਲਤਾਨੀ ਸਾਹਿਬ ਦੋਨੋਂ ਦੀ ਆਵਾਜ਼ ਮੈਂ ਪੇਸ਼ ਕਰਨਾ ਚਾ और दोस्तों दोनों कट्ठे करैक्टर करैक्टर एक टाइम दे के सुल्तानी साहब की कह रहे हैं कैसे पढ़ने पर वस्ता कोई नहीं है के बस प्याते नक नक डूब जावेगा मोतिया वाले अजय ना वसी है जो शोर चिकड़ोगे ते कोड़ा काटले पैसे लेके आना पड़ेगा

ਕਿਆ ਬਾਤ ਹੈ ਜੀ ਕਿਆ ਬਾਤ ਹੈ ਮੁਸਤਕਰਾਸ਼ੀ ਹੋਰ ਸੁਲਤਾਨੀ ਖਾਨ ਸਾਹਿਬ ਅੱਛਾ ਪੰਜਾਬੀ ਕੋ ਚੱਲਦੀ ਪਈ ਹੈ ਜੀ ਜੀ ਤੇ ਪੰਜਾਬੀ ਫਿਲਮਾਂ ਵਿੱਚ ਸਾਡੀਆਂ ਬੜੀਆਂ ਟੌਪ ਦੀ ਰਹੀਆਂ ਨੇ ਠੀਕ ਹੈ ਜੀ ਤੇ ਪੰਜਾਬੀ ਦਾ ਕੋਈ ਮੁਸਤਕਰਾਸ਼ੀ ਜਾਂ ਹਮਾਇਉ ਕਾਸ਼ੀ ਦਾ ਕੋਈ ਹਮਾਇਉ ਕ੍ਰਿਸ਼ੀ ਸਾਹਿਬ ਜੀ ਮੇਰਾ ਬੜਾ ਫੇਵਰੇਟ ਐਕਟਰ ਹੈ ਤੇ ਉਹਨਾਂ ਦੀ ਇੱਕ ਫਿਲਮ ਸੀ ਜੀ ਮਾਜੂ ਮਾਜੂ ਫਿਲਮ ਦੇ ਵਿੱਚ ਨਾ ਸੁਲਤਾਨੀ ਦੀ ਇੱਕ ਸਿਸਟਰ ਹੁੰਦੀ ਹੈ ਉਹਨਾਂ ਨੂੰ ਛੱਤ ਤੇ ਲੈ ਕੇ ਨਾ ਉਹਨਾਂ ਦਾ ਕਟੂ-ਕਟ ਡਾਇਲੋਗ ਨੇ ਤੇ ਹਮਾਇਉ ਕ੍ਰਿਸ਼ੀ ਸਾਹਿਬ ਉੱਥੇ ਇੱਕੀ ਡਾਇਲੋਗ ਬੋਲ ਰਹੇ ਨੇ ਮੇਰਾ ਫੇਵਰੇਟ ਡਾਇਲੋਗ ਹੈ ਕਿਉਂਕਿ ਇਸ ਤ ਇੱਕ ਬਰਾ ਡਿਪਟੀ ਤੇ ਦੂਜਾ ਬਰਾ ਬਰਮਾਸ਼ ਇੱਕ ਦੀ ਹਕੀਚ ਇਖਤਿਆਰ ਬੇਪਣਾ ਤੇ ਦੂਜੇ ਦੀ ਹਕੀਚ ਇਨਤਕਾਮ ਬੇਪਣਾ ਜੇ ਫੇਰ ਵੀ ਸ਼ਹਿਰ ਦੀ ਸਭ ਤੋਂ ਉੱਚੀ ਚੋਟੀ ਤੇ ਜੇ ਤੂੰ ਸਾਡੇ ਹੱਥੋਂ ਬਰਬਾਦ ਹੋ ਜਾਵੇਂ ਤੇ ਫੇਰ ਅਗਲੇ ਜਹਾਨ ਜਾ ਕੇ ਆਪਣੀ ਚਮਨ ਵਾਲੀ ਮਾਨੂੰ ਕੈਦਵੇਂ ਕਿਹ ਜਹਾਨ ਤੇ ਵੀ ਤੇਰੇ ਦੁਸ਼ਮਨਾ ਦਾ ਰਾਜ ਏ ਅੱਛਾ ਸਰ ਇਹ ਤੇ ਪਾਕਿਸਤਾਨੀ ਵੀ ਸੁਣ ਲੈ ਪੰਜਾਬੀ ਵੀ ਸੁਣ ਲੈ ਕਾਮੇਡੀਅਨ ਵੀ ਸੁਣ ਲੈ ਬਦਮਾਸ਼ ਵੀ ਸੀ ਕਰ ਲੈ ਕੋਈ ਇੰਡੀਆ ਦਾ ਸੀ ਕਿਹੜਾ ਸੁਣਨਾ ਚਾਹੁੰਦੇ ਕੋਈ ਵੀ ਸਨੀ ਦੇਵਲ ਹੋ ਜੇ ਸ਼ਾਹਰੂਖ ਖਾਨ ਹੋ ਜੇ ਸੁਨੀਲ ਸ਼ੇਠੀ ਹੋ ਜੇ ਕੋਈ ਹੋ ਜੇ ਸਨੀ ਦੇਵਲ ਜੀ ਸਨੀ ਜੀ ਇੱਕ ਫਿਲਮ ਦੋਸਤਾਂ ਨੇ ਵੇਖੀ ਬੜੀ ਪਸੰਦ ਕੀਤੀ ਗਾਤਕ ਮੇਰੀ ਫੇਵਰਿਟ ਫਿਲਮ ਹੈ ਗਾਤਕ ਉਹਦੇ ਵਿੱਚ ਸਨੀ ਦੇਵਲ ਔਰ ਡੈਨੀ ਦਾ ਮੁਕਾਲਮਾ ਦੋਨਾਂ ਦਾ ਮੈਂ ਪੇਸ਼ ਕਰ ਰਿਹਾ ਸਨੀ ਦੇਵਲ ਕਿਸ ਤਰ੍ਹਾਂ ਬੋਲ ਰਿਹਾ ਔਰ ਡੈਨੀ ਕਿਸ ਤਰ੍ਹਾਂ ਬੋਲ ਰਿਹਾ ਦੋਨਾਂ ਦੀ ਆਵਾਜ਼ ਪੇਸ਼ ਕਰ ਰਿਹਾ ਕਸ਼ੀਨਾਤ ਹਮੇ ਖੁਸ਼ੀ ਹੋਈ ਬਹਾਦਰੀ ਦੇਖ ਕੇ और तुम्हें भी खुशी होगी ये जानकर कि आज के बाद तुम मेरे ग्रोह में काम करोगे यह मजदूर का हाथ है लोहा पिघलाकर उसका आकार बदल देता है यह ताकत खून पसीने से कमाई हुई रोटी के है मुझे किसी के टुकड़ों पर पलने की जरूरत नहीं कीड़े मकड़ों की तरह गली में रेंगे से बेहतर है यहां मर्दों में रहो शेर की तरह पेजरे में आकर शेर भी कुत्ता बढ़ जाता है तू चाहता है मैं तेरे हाथ कुत्ता बढ़ के तू चाहे तो बोकू और तू चाहे तो काटू ऐसा ही समझो हमारे साथ काम करोगे तो नाम होगा इज्जत होगी रुपए पैसा मिलेगा और लोग डरेंगे तुमसे दूसरों को डराकर वो जितना जिसके अपने अड्डे पर पाड़ी है। अगर तुम्हें भरतभद्र का इतना शौक है तो कुत्तों का सहारा लेना छोड़ दे काशीनाथ तुम्हारी मौत सोचनी ही पड़ेगी सोचनी ही पड़ेगी सोचनी ही पड़ेगी ज़बरदस्त जी जबरदस्त माशाल्लाह जबरदस्त जी नाजिन ये है पाकिस्तान का रियल टैलेंट ये है रियल फेस ऑफ पाकिस्तान इनकी मिमिक्री सुनी है आपने ये रियल मिमिक्री आर्टिस्ट है ठीक है और आपने बहुत सारी मेमिक्रियाँ सुनी होंगी लेकिन इस ऐसी मिमिक्री हु बू सेम टू सेम मेरा ख्याल कि हमने आज तक नहीं सुनी तो इनकी मिमिक्री कैसी लगी कमेंट करके आपने लाजम बताना है इसी के साथ अपने मेजबान अहमद गौर को इजाजत दीजिए और देखते रहिए उस्मान बुलेट ऑफिशियल